ਇਹ ਤਸਵੀਰਾਂ ਹਨ ਜ਼ਿਲ੍ਹਾ ਸੰਗਰੂਰ ਦੀਆਂ, ਜਿੱਥੇ ਪਿਛਲੇ 3 ਦਿਨਾਂ ਤੋਂ ਘੱਗਰ ਦਾ ਕਹਿਰ ਜਾਰੀ ਹੈ, ਜਿਸ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਘੱਗਰ ਦਰਿਆ 'ਚ ਪਾੜ ਵੱਧਦਾ ਜਾ ਰਿਹਾ ਹੈ ਅਤੇ ਹਾਲੇ ਵੀ ਸਥਿਤੀ ਕੰਟਰੋਲ ਤੋਂ ਬਾਹਰ ਦੱਸੀ ਜਾ ਰਹੀ ਹੈ। 18 ਜੂਨ ਨੂੰ ਸੰਗਰੂਰ 'ਚ ਪੈਂਦੇ ਫੁਲਕ ਪਿੰਡ 'ਤੇ ਤਬਾਹੀ ਦਾ ਇਹ ਮੰਜ਼ਰ ਉਸ ਵੇਲੇ ਬਣਿਆ ਜਦੋਂ ਲਗਾਤਾਰ ਮੀਂਹ ਦੇ ਚੱਲਦਿਆਂ ਘੱਗਰ ਦਰਿਆ 'ਤੇ ਬਣਿਆ ਬੰਨ੍ਹ ਟੁੱਟ ਗਿਆ ਅਤੇ ਸੰਗਰੂਰ ਦੇ ਮਕਰੋੜ ਸਾਹਿਬ ਕੋਲ 70 ਫੁੱਟ ਦਾ ਪਾੜ ਪੈ ਗਿਆ। ਨਾਲ ਦੇ ਕਈ ਪਿੰਡਾਂ 'ਚ ਹੜ੍ਹ ਦਾ ਖਤਰਾ ਬਣ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੇ ਲਈ NDRF ਦੀ ਮਦਦ ਮੰਗੀ ਗਈ, ਜਿਸ ਤੋਂ ਬਾਅਦ NDRF ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸੁਰੱਖਿਆ ਕਾਰਜਕਾਰ ਸ਼ੁਰੂ ਕਰ ਦਿੱਤੇ। ਜੋ ਪਾੜ ਪਿਆ ਜੇ ਨਹੀਂ ਪੂਰਨ ਹੁੰਦਾ ਤਾਂ ਇਹਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ, ਜਿਵੇਂ ਸੁਰਜਣ ਪੈਣੀ ਅਤੇ ਮਕੋੜ ਸਾਹਿਬ ਦਾ ਘੱਟੋ ਘੱਟ 2,2500 acres ਜਿਹੜਾ ਉਹ ਜੀਰੀ ਦੀ ਫਸਲ ਹੈ ਬਿਲਕੁਲ ਡੁੱਬ ਕੇ ਤਬਾਹ ਹੋ ਸਕਦੀ ਹੈ। ਅੱਜ ਕੱਲ੍ਹ ਆ ਕੇ ਸਾਰਾ ਪ੍ਰਸ਼ਾਸਨ ਇੱਥੇ ਆ ਕੇ ਖੜ੍ਹ ਜਾਂਦਾ, ਪਰ ਜਦੋਂ ਇਹ ਸਮਾਂ ਲੰਘ ਗਿਆ ਸਾਰੇ ਭੁੱਲ ਜਾਂਦੇ ਨੇ ਜੀ। ਸਾਡੀ ਸਰਕਾਰ ਨੂੰ ਬੇਨਤੀ ਹੈ, ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਨੂੰ ਅਣਗਹਿਲੀ ਨਾ ਦੇਖਿਆ ਜਾਵੇ। ਸਾਨੂੰ ਘੱਟ ਤੋਂ ਘੱਟ 30 lakh rupees ਮੁਆਵਜ਼ਾ ਮਿਲਣਾ ਚਾਹੀਦਾ। 19 ਜੂਨ ਨੂੰ ਸੰਗਰੂਰ 'ਚ ਘੱਗਰ ਬੰਨ੍ਹ ਟੁੱਟਣ ਤੋਂ 24 ਘੰਟੇ ਬਾਅਦ ਵੀ ਹਾਲਾਤ ਨਹੀਂ ਸੁਧਰੇ। NDRF ਦੀ ਟੀਮ ਤੋਂ ਬਾਅਦ ਫੌਜ ਵੱਲੋਂ ਰਾਹਤ ਕਾਰਜ ਸ਼ੁਰੂ ਕੀਤੇ ਗਏ, ਪਰ ਉਦੋਂ ਤੱਕ ਪਿੰਡ ਮੁਨਕ ਸਮੇਤ ਕਈ ਪਿੰਡਾਂ 'ਚ ਪਾਣੀ ਪਹੁੰਚ ਗਿਆ, ਜਿਸ ਕਾਰਨ 1,000 acres ਫਸਲ ਦੀ ਬਰਬਾਦੀ ਹੋ ਗਈ ਅਤੇ ਘੱਗਰ ਦਰਿਆ ਦਾ ਪਾੜ ਹੋਰ ਵੱਧ ਗਿਆ। ਜਦੋਂ ਇਲੈਕਸ਼ਨ ਆਉਂਦਾ ਉਹ ਤਾਂ ਇਹਨਾਂ ਦਾ ਰਾਜਨੀਤਿਕ ਮੁੱਦਾ ਹੈ ਇਹਨਾਂ ਦਾ, ਇਹ ਤਾਂ ਹਰ ਸਾਲ ਦੀ ਸਮੱਸਿਆ ਜੀ, ਇਹ ਤਾਂ ਸਾਰਿਆਂ ਨੂੰ ਪਤਾ। ਦੇਖੋ ਹੁਣ ਉੱਥ ਤੱਕ ਮਕੋੜ ਸਾਹਿਬ ਦੇ ਪੁੱਲ ਤੱਕ ਪਿੱਛੇ ਬਣਿਆ ਹੋਇਆ, ਅੱਗੇ ਹਰਿਆਣੇ ਨੇ ਸਟੇ ਲੈ ਲਿਆ, ਹੁਣ ਭਗਵੰਤ ਮਾਨ ਦੂਸਰੀ ਵਾਰ ਸੰਸਦ ਬਣਿਆ, ਕਿਉਂ ਨਹੀਂ ਇਹ ਸੰਸਦ ਦੇ ਵਿੱਚ ਮੁੱਦਾ ਚੱਕਦੇ? 7 ਸਾਲ ਹੋ ਗਏ ਦੇਖਦੇ ਨੂੰ, ਜਾਂ ਇਹ ਹਾਲ ਰਿਹਾ, ਜਾਖਲ ਮੰਡੀ ਵੀ ਡੂਬਦੀ ਜੀ ਆ ਪਾਣੀ ਨਾਲ। ਹਾਂਜੀ, ਪਰ ਕਦੀ ਕਿਸੇ ਨੇ ਕੋਈ ਸਾਰਨੀ ਦਿੱਤੀ, ਕਦੀ ਕਿਸੇ ਨੇ ਇਸ ਤੋਂ ਬਾਅਦ ਕੋਈ ਸਿੱਖ ਨਹੀਂ ਲਿੱਤੀ? ਨਾ ਜੀ, ਕਿਸੇ ਨੇ ਸੱਸ ਨਹੀਂ ਦਿਆ। ਫਸਲਾਂ ਤਬਾਹ ਹੋ ਜਾਏ, ਮਕਾਨ ਵੀ ਤਬਾਹ ਹੋ ਜਾਏ, ਸਾਰਾ ਕੁਛ ਤਬਾਹ ਹੋ ਜਾਏ, ਡੰਗਰ ਪਸ਼ੂ ਬੰਦੇ ਭੁੱਖਾ ਮਰਨਾ। 20 ਜੂਨ ਤੱਕ ਘੱਗਰ ਦਰਿਆ ਵਿੱਚ ਪਏ ਪਾੜ ਕਾਰਨ ਦੂਰ ਦੂਰ ਤੱਕ ਸਿਰਫ ਪਾਣੀ ਹੀ ਪਾਣੀ ਦਿਖਾਈ ਦੇ ਰਿਹਾ ਸੀ ਅਤੇ ਆ ਤਸਵੀਰਾਂ ਤੋਂ ਹਾਲਾਤਾਂ ਦਾ ਅੰਦਾਜ਼ਾ ਸੌਖੇ ਹੀ ਲਗਾਇਆ ਜਾ ਸਕਦਾ ਹੈ। ਘੱਗਰ ਦਰਿਆ ਟੁੱਟਣ ਕਾਰਨ ਕਰੀਬ 10 ਤੋਂ ਵੱਧ ਪਿੰਡਾਂ 'ਚ ਪਾਣੀ ਦਾਖਲ ਹੋ ਗਿਆ ਅਤੇ ਰਾਹਤ ਕਾਰਜਾਂ ਨੂੰ ਚੱਲਦਿਆਂ 48 ਘੰਟੇ ਤੋਂ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਵੀ ਪਾੜ ਨੂੰ ਬੰਦ ਨਹੀਂ ਕੀਤਾ ਜਾ ਸਕਿਆ, ਜਿਸ ਤੋਂ ਪ੍ਰਸ਼ਾਸਨ ਦੀ ਲਾਪਰਵਾਹੀ ਸਾਫ਼ ਝਲਕਦੀ ਸੀ। ਇੱਥੇ ਆਪਣੇ ਜ਼ਿਮੀਂਦਾਰਾਂ ਦੀਆਂ ਸਾਰੀ ਫਸਲਾਂ ਮਰ ਜਾਂਦੀਆਂ ਨੇ ਜੀ। ਇਹ ਨਵਾਂ ਘਰ ਬਣਿਆ ਜੀ, ਹੁਣ ਇਹ ਵੀ ਪਾਣੀ 'ਚ ਆ ਗਏ ਜੀ, ਅਗਲੇ ਨੇ ਇੰਨਾ ਪੈਸਾ ਲਾਇਆ ਜੀ, ਉਹ ਵੀ ਬੇਕਾਰ ਗਿਆ ਜੀ। ਬਹੁਤ ਤੇਜ਼ ਪਾਣੀ ਪਾ ਰਿਹਾ, ਮਤਲਬ ਕਿ ਨੱਕੇ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਹਲੇ, ਅਤੇ ਉਸ ਤੋਂ ਬਾਅਦ ਇਹ ਹਰ ਸਾਲ ਦਾ ਹੀ ਕੰਮ ਹੈ, ਇਹ ਏਰੀਆ ਤਾਂ ਹਰ ਸਾਲ ਹੀ ਮਰਦਾ ਇੱਥੇ, ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਨੁਕਸਾਨ ਹੋ ਰਿਹਾ। ਦੇਖੋ ਫਸਲਾਂ ਦਾ ਕੀ ਹੈ, ਮਤਲਬ ਕਿ ਜਮ੍ਹਾਂ ਥੋੜ੍ਹੀਆਂ ਬਾਹਰ ਰਹਿ ਗਈਆਂ। 21 ਜੂਨ ਤੱਕ ਸੰਗਰੂਰ 'ਚ ਘੱਗਰ ਕਾਰਨ ਹਾਲਾਤ ਦਿਨ ਬ ਦਿਨ ਬਦਤਰ ਹੁੰਦੇ ਗਏ, ਪਰ ਆਮ ਲੋਕਾਂ ਨੂੰ ਕੋਈ ਰਾਹਤ ਨਹੀਂ ਮਿਲੀ। ਜਿੱਥੇ ਕਿਸਾਨਾਂ ਦੀਆਂ 1,000 acres ਫਸਲਾਂ ਦਾ ਨੁਕਸਾਨ ਹੋਇਆ, ਉੱਥੇ ਹੀ ਲੋਕਾਂ ਦੇ ਘਰਾਂ ਵਿੱਚ ਪਾਣੀ ਵੀ ਦਾਖਲ ਹੋ ਗਿਆ ਅਤੇ ਘੱਗਰ ਦਾ ਪਾੜ ਹਜੇ ਤੱਕ ਵੀ ਬੰਦ ਨਹੀਂ ਕੀਤਾ ਜਾ ਸਕਿਆ। ਸਾਨੂੰ ਤਾਂ ਇਹ ਪੁਲਿਸ ਵਾਲੇ ਆਏ ਸੀ ਉਰੇ, ਉਹ ਕਹਿ ਕੇ ਗਏ ਨੇ ਬਈ ਆਪਦਾ ਰਾਤ ਨੂੰ ਪ੍ਰਬੰਧ ਹੈਗਾ, ਵੀ ਵਾਲਾ ਔਖਾ ਹੋ ਜਾਣਾ, ਵੀ ਆਪਦਾ ਨਰੇਗਾ ਸਕੀਮ ਲਾਈ ਹੋਈ ਹੈ, ਅਤੇ ਇੱਕ ਟਰੈਲੀ ਆਈ ਸੀ ਸਾਡੇ ਕੋਲ ਤਾਂ, ਅਤੇ ਆਪਾਂ ਥੈਲੇ ਭਰ ਕੇ ਉਹਨਾਂ ਨੇ ਜਿਹੜੀ ਆਈ ਹੈ ਵੈਸੇ ਆ 100-200 thela ਭਰਿਆ ਸੀ, ਅਸੀਂ ਲਾਤਾ ਜੀ ਨਾ ਨਰੇਗਾ ਲਾ ਕੇ, ਬਾਕੀ ਅਜੇ ਡਿੱਕਣ ਲੱਗ ਰਹੇ ਹਾਂ। ਉਹ ਤੋਂ ਬਾਅਦ ਕੋਈ ਟਰੈਲੀ ਨਹੀਂ ਆਈ ਸਾਡੇ, ਬਹੁਤ ਕੁਛ ਡੁੱਬ ਰਿਹਾ ਜੀ, ਚਰੀਆਂ ਜੀ, ਹਰਾ ਚਾਰਾ, ਅਸੀਂ ਤਾਂ ਬਹੁਤ ਦੁਖੀ ਹੋ ਰਹੇ ਹਾਂ, ਹਰਾ ਚਾਰਾ ਡੰਗਰ ਪਸ਼ੂਆਂ ਕਰਨੀ ਵੀ ਬਾਹਰੋਂ ਜਾਣ ਕਰਨੀ ਵੀ ਦੇਖਣ ਲੱਗ, ਉਹ ਬੱਚੇ ਬੰਦ ਨੇ ਜੀ, ਅਜੇ ਬੱਚਿਆਂ ਨੂੰ ਅੱਜ ਟੀਚਰਾਂ ਨੇ ਵੀ ਕਹਿ ਤਾ ਜੀ, ਅਤੇ ਉਹ ਕਹਿ ਰਹੇ ਨੇ ਵੀ ਆਪਣਾ ਜੇ ਵੀ ਕੱਲ੍ਹ ਨੂੰ ਪਾਣੀ ਹੋਰ ਵੱਧ ਗਿਆ ਤਾਂ ਵੀ ਸਕੂਲ 'ਚ ਨਹੀਂ ਆਉਣਾ ਹੈਗਾ ਕਿਸੇ ਨੇ, ਵੀ ਰਸਤੇ ਬੰਦ ਹੋਈ ਜਾਂਦੇ ਨੇ ਜੀ ਸਾਰੇ, ਆਏ ਡਰ ਤਾਂ ਵੀਰੇ ਸਾਰੇ ਡਰ ਹੈ ਜੀ, ਸਾਰੇ ਪਿੰਡ ਦੇ ਬਾਹਰੇ ਬੈਠੇ ਨੇ ਜੀ, ਪਿੰਡ ਤਾਂ ਹੈ ਹੀ ਨਹੀਂ ਕੋਈ। ਭਾਵੇਂ ਹੜ੍ਹਾਂ ਵਰਗੇ ਹਾਲਾਤਾਂ ਨਾਲ ਨਜਿੱਠਣ ਲਈ ਸਰਕਾਰ ਨੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਬਣਾਇਆ ਹੋਇਆ ਹੈ ਤਾਂ ਜੋ ਆਮ ਲੋਕਾਂ ਨੂੰ ਇਹਨਾਂ ਹਾਲਾਤਾਂ ਤੋਂ ਸੁਰੱਖਿਆ ਕੀਤਾ ਜਾ ਸਕੇ। ਪਰ ਸੰਗਰੂਰ ਦੇ ਲਗਾਤਾਰ ਵਿਗੜੇ ਹਾਲਾਤਾਂ ਦੇਖ ਕੇ ਪੰਜਾਬ ਸਰਕਾਰ ਹੱਥ 'ਤੇ ਹੱਥ ਰੱਖ ਤਮਾਸ਼ਾ ਦੇਖ ਰਹੀ ਹੈ।
ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ।